ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਅਲੱਗ ਅਲੱਗ ਪਲੈਟਫਾਰਮਸ ਸੋਸ਼ਲ ਮੀਡੀਆ ਪਲੈਟਫਾਰਮਸ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ। ਦੋਸਤੋ, ਲਾਈਵ ਕੱਲ੍ਹ ਹੋਇਆ ਸੀ, ਕਿਸੇ ਤਕਨੀਕੀ ਕਾਰਨ ਕਰਕੇ ਉਹ ਲਾਈਵ ਪੇਜ ਤੋਂ ਡਿਲੀਟ ਹੋ ਗਿਆ। ਸੋ ਟੈਕਨੀਕਲ ਟੀਮ ਦੁਆਰਾ ਕਿਹਾ ਗਿਆ ਕਿ ਹਲੇ ਵੀਡੀਓ ਸਿਰਫ ਕੁਝ ਕੁ ਲੋਕਾਂ ਤੱਕ ਹੀ ਪਹੁੰਚੀ ਸੀ ਐਂਡ ਉਹ ਸੇਵ ਨਹੀਂ ਹੋ ਪਾਈ ਪੇਜ ਦੇ ਉੱਤੇ, ਤਾਂ ਦੁਬਾਰਾ ਲਾਈਵ ਹੋਣ ਲਈ ਕਿਹਾ ਗਿਆ ਟੀਮ ਵੱਲੋਂ। ਤਾਂ ਆਪ ਸਭ ਦੇ ਰੂਬਰੂ ਹਾਂ ਜੀ, ਕੁਝ ਜ਼ਰੂਰੀ ਡਿਸਕਸ਼ਨ ਸੀਗੀਆਂ ਹਰ ਤਰ੍ਹਾਂ ਦੀਆਂ ਕੈਟਾਗਰੀਜ਼ ਨਾਲ ਸੰਬੰਧਿਤ ਹੀ, ਜਿਵੇਂ ਜਿਵੇਂ ਕੈਂਡੀਡੇਟਸ ਜਾਂ ਸਰੋਤਿਆਂ ਦੇ ਸਵਾਲ ਕੋਮੈਂਟ ਸੈਕਸ਼ਨ ਦੇ ਵਿੱਚ ਜਾਂ ਇਨਬੋਕਸ ਆਉਂਦੇ ਨੇ, ਉਹ ਫਿਰ ਸਾਰੇ ਨੋਟ ਕਰ ਲਈਦੇ ਆ ਅਤੇ ਕੋਸ਼ਿਸ਼ ਕਰੀਦੀ ਆ ਵੀ ਉਹਨਾਂ ਦੇ ਜਵਾਬ ਇੱਕ ਇੱਕ ਕਰਕੇ ਆਪ ਸਭ ਨੂੰ ਦਿੱਤੇ ਜਾਣ। ਦੋਸਤੋ, ਪਹਿਲਾ ਸਵਾਲ ਜਿਹੜਾ ਕੋਮੈਂਟ ਸੈਕਸ਼ਨ ਦੇ ਵਿੱਚ ਜ਼ਿਆਦਾ ਪੁੱਛਿਆ ਜਾਂਦਾ, ਉਹ ਇਹ ਪੁੱਛਿਆ ਜਾਂਦਾ ਸੀ ਪਿਛਲੇ ਸਮੇਂ ਦੌਰਾਨ ਜਦੋਂ ਕੋਵਿਡ-19 ਤੋਂ ਬਾਅਦ ਜਿਵੇਂ ਜਿਵੇਂ ਵਿਜ਼ਟਰ ਵੀਜ਼ਾਸ ਅਤੇ ਵਿਜ਼ਟਰ ਰਿਜ਼ਿਊਮ ਹੋਏ ਦੁਬਾਰਾ, ਉਹਨਾਂ ਉੱਤੇ ਜਿਹੜਾ ਟਰੈਵਲ ਬੈਨ ਸੀ ਹਟਿਆ, ਤਾਂ ਵੀਜ਼ਾ ਆਫਿਸਰਸ ਨੇ ਵਿਜ਼ਟਰ ਵੀਜ਼ਾ ਸਟੈਂਪ ਕਰਕੇ ਪਾਸਪੋਰਟਸ ਮੰਗਣੇ ਪਾਸਪੋਰਟ ਭੇਜਣੇ ਸ਼ੁਰੂ ਕੀਤੇ ਅਤੇ ਵਿਜ਼ਟਰਸ ਦੁਬਾਰਾ ਵਿਜ਼ਿਟ ਕਰਨੇ ਸ਼ੁਰੂ ਹੋਏ, ਤਾਂ ਉਸ ਤੋਂ ਬਾਅਦ ਰੈਗੂਲਰਲੀ ਇਹ ਸਵਾਲ ਪੁੱਛਿਆ ਜਾ ਰਿਹਾ ਸੀ ਕਿ ਅਸੀਂ ਵਿਜ਼ਟਰ ਵੀਜ਼ਾ ਆਪਦਾ ਅਪਲਾਈ ਕਰ ਸਕਦੇ ਹਾਂ। ਇੱਕ ਕੈਂਡੀਡੇਟ, ਇੱਕ ਸਰੋਤਾ ਜਿਹੜਾ ਕੋਮੈਂਟ ਸੈਕਸ਼ਨ ਦੇ ਵਿੱਚ ਇਹ ਚੀਜ਼ਾਂ ਲਿਖ ਦਿੰਦਾ, ਤਾਂ ਦੋਸਤੋ ਮੇਰਾ ਜਵਾਬ ਹੁੰਦਾ ਕਿ ਹਰ ਕੋਈ ਹੀ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦਾ, ਪਰ ਅਪਲਾਈ ਕਰਨਾ ਇੱਕ ਅਲੱਗ ਚੀਜ਼ ਆ, ਵੀਜ਼ਾ ਲੈਣਾ ਇੱਕ ਅਲੱਗ ਚੀਜ਼ ਆ। ਦੋਸਤੋ, ਅਪਲਾਈ ਕਰਨ ਲਈ ਤਾਂ ਹਰ ਤਰ੍ਹਾਂ ਦੀ ਕੈਟਾਗਰੀ ਹੀ ਖੁੱਲ੍ਹੀ ਹੈ ਤੁਹਾਡੇ ਲਈ, ਤੁਸੀਂ ਕੋਈ ਵੀ ਕੈਟਾਗਰੀ ਅਪਲਾਈ ਕਰ ਦਿਓ। ਵੱਧ ਤੋਂ ਵੱਧ ਕੀ ਆ, ਜਿਹਦੇ 'ਚ ਤੁਸੀਂ ਇਨਐਲੀਜੀਬਲ ਹੋਊਂਗੇ ਵੀਜ਼ਾ ਆਫਿਸਰ ਤੁਹਾਨੂੰ ਉਹਦੇ ਰੀਜੈਕਟ ਕਰ ਦੂਗਾ, ਜੇ ਤੁਸੀਂ ਐਲੀਜੀਬਲ ਹੋਊਂਗੇ ਤਾਂ ਉਹ ਤੁਹਾਨੂੰ ਵੀਜ਼ਾ ਦੇ ਦੂਗਾ। ਸੋ ਐਲੀਜੀਬਿਲਿਟੀ ਕ੍ਰਾਈਟੀਰੀਆ ਇੱਕ ਅਲੱਗ ਚੀਜ਼ ਆ। ਐਲੀਜੀਬਿਲਿਟੀ ਕ੍ਰਾਈਟੀਰੀਆ ਦੇ ਲਈ ਜਦੋਂ ਤੁਸੀਂ ਕਿਸੇ ਇਮੀਗ੍ਰੇਸ਼ਨ ਕੰਸਲਟੈਂਟ ਦਾ ਆਫਿਸ ਵਿਜ਼ਿਟ ਕਰਦੇ ਹਾਂ, ਉਹ ਤੁਹਾਡੇ ਤੋਂ 5-7 ਸਵਾਲ ਪੁੱਛਦਾ, ਜਿਹਦੇ ਵਿੱਚ ਤੁਹਾਡਾ ਪਰਪਸ ਔਫ ਵਿਜ਼ਿਟ ਪੁੱਛਿਆ ਜਾਂਦਾ, ਜਿਹਦੇ ਵਿੱਚ ਤੁਹਾਡੀ ਫਾਈਨੈਂਸ਼ੀਅਲ ਸਟੇਟਸ ਪੁੱਛਿਆ ਜਾਂਦਾ, ਜਿਹਦੇ ਵਿੱਚ ਤੁਹਾਡੇ ਫੈਮਿਲੀ ਟਾਈਜ਼ ਪੁੱਛੇ ਜਾਂਦੇ ਨੇ। ਉਸ ਤੋਂ ਬਾਅਦ ਉਹ ਸਾਰੀਆਂ ਚੀਜ਼ਾਂ ਨੂੰ ਵੈਲੂਏਟ ਕਰਨ ਤੋਂ ਬਾਅਦ ਦੱਸ ਸਕਦੇ ਹਾਂ ਕਿ ਕੇਸ ਦੇ ਵਿੱਚ ਕਿੰਨੀ ਜਾਨ ਆ। ਦੇਖੋ, ਵੀਜ਼ਾ ਨਹੀਂ ਲੱਗੂਗਾ ਜਾਂ ਲੱਗੂਗਾ, ਇਹ ਤਾਂ ਹਾਈ ਕਮਿਸ਼ਨ ਹੱਥ ਆ ਜਾਂ ਮਹਾਰਾਜ ਨੂੰ ਪਤਾ ਕਿ ਕੀ ਹੋਣਾ ਆ, ਪਰ ਅਸੀਂ ਸਿਰਫ ਅਤੇ ਸਿਰਫ ਸਾਡੇ ਕੋਲ ਇੰਨੀ ਕੁ ਕਪੈਸਿਟੀ ਹੁੰਦੀ ਹੈ ਜਾਂ ਇੰਨੀ ਕੁ ਪਾਵਰ ਆ ਸਾਡੇ ਕੋਲ ਕਿ ਅਸੀਂ ਆਪਦੇ ਐਕਸਪੀਰੀਅੰਸ ਰਾਹੀਂ ਤੁਹਾਨੂੰ ਸਿਰਫ ਇੰਨਾ ਕੁ ਦੱਸ ਸਕਦੇ ਹਾਂ ਕਿ ਕੇਸ ਕਿੱਥੇ ਖੜਾ ਹੈ, ਵੀਜ਼ਾ ਆਫਿਸਰ ਕਿੰਨਾ ਕਨਵਿੰਸ ਹੋਊਗਾ। ਅਤੇ ਉਸ ਚੀਜ਼ ਨੂੰ ਪਤਾ ਕਰਨ ਦੇ ਲਈ ਮੈਂ ਫਿਰ ਤੁਹਾਨੂੰ ਬੇਨਤੀ ਕਰੂੰਗਾ ਕਿ ਵਿਜ਼ਿਟ ਕਰੋ, ਜਿਹੜਾ ਵੀ ਇਮੀਗ੍ਰੇਸ਼ਨ ਕੰਸਲਟੈਂਟ ਤੁਹਾਡੇ ਮਨ ਨੂੰ ਲੱਗਦਾ ਉਹਨੂੰ ਵਿਜ਼ਿਟ ਕਰੋ, ਉਹਦੀ ਚੈੱਕਲਿਸਟ ਲਓ, ਉਹ ਤੁਹਾਨੂੰ ਇੱਕ ਪਰਟੀਕੁਲਰ ਚੈੱਕਲਿਸਟ ਦਊਗਾ, ਪੇਪਰਸ ਦੀ ਲਿਸਟ ਦਊਗਾ ਕਿ ਤੁਹਾਡੇ ਤੋਂ ਕੀ ਡਿਮਾਂਡ ਨੇ ਸਾਡੀਆਂ, ਮਤਲਬ ਹੈ ਕਿ ਇਮੀਗ੍ਰੇਸ਼ਨ ਕੰਸਲਟੈਂਟ ਦੀ ਤੁਹਾਡੇ ਤੋਂ ਕਿਹੜੀ ਕਿਹੜੀ ਪੇਪਰ ਦੀ, ਕਿਹੜੇ ਕਿਹੜੇ ਦਸਤਾਵੇਜ਼ ਦੀ ਡਿਮਾਂਡ ਆ, ਉਸ ਹਿਸਾਬ ਦੇ ਨਾਲ ਉਹ ਕੇਸ ਨੂੰ ਵੈਲੂਏਟ ਕਰੂਗਾ। ਜਿਹੜੇ ਜਿਹੜੇ ਕੇਸ ਦੇ ਵਿੱਚ ਡਾਕੂਮੈਂਟ ਉਹਨੇ ਹਾਈ ਕਮਿਸ਼ਨ ਨੂੰ ਪ੍ਰੈਜੈਂਟ ਕਰਨੇ ਨੇ, ਫਾਈਲ ਦੇ ਵਿੱਚ ਲਾਉਣੇ ਨੇ, ਉਹ ਤੁਹਾਡੇ ਤੋਂ ਉਹ ਜੇ ਉਹ ਤਿਆਰ ਬਰ ਤਿਆਰ ਹੋਣਗੇ ਤਾਂ ਉਹ ਲੈ ਲਊਗਾ, ਨਹੀਂ ਤੁਹਾਨੂੰ ਦੱਸੂਗਾ ਕਿ ਇਹਦੇ ਵਿੱਚ ਕੀ ਕਮੀਆਂ ਨੇ, ਕੀ ਖਾਮੀਆਂ ਨੇ, ਉਹਨਾਂ ਨੂੰ ਪੂਰੇ ਕਰਵਾਊਗਾ ਅਤੇ ਫਿਰ ਉਹ ਹਾਈ ਕਮਿਸ਼ਨ ਦੇ ਵਿੱਚ ਕੇਸ ਭੇਜੂਗਾ। ਉਸ ਤੋਂ ਬਾਅਦ ਤੁਹਾਡਾ ਰਿਜ਼ਲਟ ਆ, ਐਂਡ ਰਿਜ਼ਲਟ ਬਾਰੇ ਕਿਹੜੀ ਡਿਊਰੇਸ਼ਨ ਕੀ ਚੱਲ ਰਹੀ ਆ। ਡਿਊਰੇਸ਼ਨ ਬੜੀ ਹੀ ਦੋਸਤੋ ਅਨਐਕਸਪੈਕਟਡ ਆ ਸਾਰਾ ਕੁਛ। ਕੁਝ ਕੇਸ ਤਾਂ ਇਸ ਤਰੀਕੇ ਨੇ ਕਿ ਅੱਜ ਲਾਏ ਤਾਂ 4 ਦਿਨਾਂ ਬਾਅਦ ਰਿਜ਼ਲਟ ਨੇ, ਕੁਝ ਕੇਸ ਦਸੰਬਰ ਦੇ ਲਾਏ ਹੋਏ ਨੇ, ਹਾਲੇ ਤੱਕ ਰਿਜ਼ਲਟ ਨਹੀਂ ਆ। ਸੋ ਆਪਾਂ ਉਸ ਵਿਸ਼ੇ 'ਤੇ ਤਾਂ ਹਾਲੇ ਕੁਛ ਵੀ ਚਾਨਣਾ ਪਾਉਣਾ ਦੱਸਿਆ ਜਾਣਾ ਸੌਖਾ ਨਹੀਂ ਆ, ਪਰ ਇਹ ਚੀਜ਼ ਜ਼ਰੂਰ ਹੈ ਕਿ ਰੈਗੂਲਰ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਨੇ। ਕਿ ਜੇ ਜਿਹੜੀ ਮੈਂ ਇਹ ਗੱਲ ਕਰ ਰਿਹਾ ਇਹ ਐਕਸੈਪਸ਼ਨਸ ਨੇ, ਮਤਲਬ ਜੇ 10 ਕੇਸ ਲਾਏ ਸੀ ਉਹਦੇ ਵਿੱਚੋਂ ਇੱਕ ਕੇਸ ਦਸੰਬਰ ਦਾ ਲੱਗਿਆ ਹੋਇਆ ਹਾਲੇ ਤੱਕ ਨਹੀਂ ਨਿਕਲਿਆ, ਅਤੇ 10 ਕੇਸ ਲਾਏ ਸੀ ਉਹਦੇ ਵਿੱਚੋਂ 2-4 ਕੇਸ 4-4 ਦਿਨਾਂ 'ਚ ਹੀ ਰਿਜ਼ਲਟ ਆ ਗਏ, ਬਟ ਐਕਚੁਅਲ ਜਿਹੜਾ ਨੋਰਮਲ ਟਾਈਮ ਹੀ ਲੱਗ ਰਿਹਾ ਮਹੀਨਾ 1.5 ਮਹੀਨਾ ਵਿਜ਼ਟਰ ਵੀਜ਼ਾ ਲਈ। ਸਟੂਡੈਂਟ ਵੀਜ਼ਾ ਦੀ ਜੇ ਗੱਲ ਕਰਾਂ ਸੋ ਦੋਸਤੋ ਤਾਂ ਪ੍ਰੋਸੈਸ ਹਾਲੇ ਸਲੋ ਆ। ਸਟੂਡੈਂਟ ਵੀਜ਼ਾ ਦਾ ਪ੍ਰੋਸੈਸ ਆ ਜਿਹੜਾ ਆਮ ਦੂਸਰੇ ਕੇਸਿਸ ਨਾਲੋਂ, ਓਪਨ ਵਰਕ ਪਰਮਿਟ ਨਾਲੋਂ ਅਤੇ ਵਿਜ਼ਟਰ ਵੀਜ਼ਾ ਨਾਲੋਂ ਕਾਫੀ ਸਲੋ ਆ। ਉਹਦੇ ਪਿੱਛੇ ਕਾਰਨ ਆਰਟੀਫਿਸ਼ਲ ਇੰਟੈਲੀਜੈਂਸ ਦੁਆਰਾ ਲਏ ਗਏ ਨਤੀਜੇ ਇਹ ਮੇਨ ਕਾਰਨ ਸੀ। ਜਿਹੜੇ ਪਿਛਲੇ ਸਮੇਂ ਦੌਰਾਨ ਚੰਗੇ ਕੇਸ ਰਿਫਿਊਜ਼ ਹੋ ਕੇ ਆਏ ਨੇ, ਦੋਸਤੋ ਫਿਰ ਮੇਰੀ ਬੇਨਤੀ ਹੁੰਦੀ ਹੈ ਕਿ ਮੈਂ ਹਮੇਸ਼ਾ ਜਿਹੜੇ ਚੰਗੇ ਕੇਸ ਦੀ ਵਿਆਖਿਆ ਨਾ ਉਹ ਇਹ ਆ ਕਿ ਚੰਗਾ ਕੇਸ ਉਹ ਆ ਜਿਹਦਾ ਪ੍ਰੋਫਾਈਲ, ਸਟੂਡੈਂਟ ਪ੍ਰੋਫਾਈਲ, ਉਹ ਕੀ ਇੱਥੇ ਪੜ੍ਹਿਆ ਅਤੇ ਕੀ ਉੱਥੇ ਪੜ੍ਹਨ ਚੱਲਿਆ, ਉਹਦੇ ਵਿੱਚ ਕੀ ਰੈਲੇਵੈਂਸੀ ਆ। ਜਿਹੜੀ ਇੱਥੇ ਪੜ੍ਹਾਈ ਖਤਮ ਕੀਤੀ ਆ, ਯਾਨੀ ਕਿ ਇੱਥੇ ਐਜ਼ ਅ ਸਟੂਡੈਂਟ ਜੋ ਪੜ੍ਹਿਆ ਉਹ ਕਿੰਨੀ ਕਾਬਲੀਅਤ ਨਾਲ ਪੜ੍ਹਿਆ, ਲੈਂਗੁਏਜ ਪ੍ਰੋਫੀਸ਼ੀਐਂਸੀ ਕੀ ਐਜ਼ ਪਰ ਦਾ ਰਿਕੁਆਇਰਮੈਂਟ ਪੂਰੀ ਕਰਦਾ। ਦੇਖੋ, ਆਪਾਂ ਅਟਰੈਕਟਿਵ ਐਡਵਰਟੀਜ਼ਮੈਂਟਸ ਦਾ ਹਿੱਸਾ ਨਹੀਂ ਬਣਨਾ,
ਆਪਾਂ ਇਹ ਨਹੀਂ ਕਹਿਣਾ ਕਿ ਮੈਂ ਆਹ ਜੀ ਮੇਰੀ ਫੋਟੋ ਦੇਖ ਲਓ ਜੀ ਮੈਂ ਫੋਟੋ ਪਾ ਰਿਹਾ ਆਪਦੇ ਇੱਕ ਕਲਾਇੰਟ ਦੇ ਨਾਲ ਇਹਦਾ ਮੈਂ 55% ਤੇ ਵੀਜ਼ਾ ਲਵਾਤਾ ਇਹਦੇ ਤਾਂ ਜੀ ਮੈਚ ਚੋਂ ਤੇਤੀ ਹੋਈ ਸੀ। ਦੇਖੋ ਦੋ ਚਾਰ ਪੰਜ ਫੋਟੋਆਂ ਦੀ ਆਪਾਂ ਗੱਲ ਨਹੀਂ ਕਰਨੀ, ਗੱਲ ਆਪਾਂ ਓਵਰਆਲ ਸਿਸਟਮ ਦੀ ਕਰਨੀ ਹੈ ਕਿ ਹਾਈ ਕਮਿਸ਼ਨ ਦਾ ਸਿਸਟਮ ਕੀ ਆ, ਹਾਈ ਕਮਿਸ਼ਨ ਦਾ ਪ੍ਰੋਸੈਸ ਕੀ ਆ। ਜਦੋਂ ਤੁਹਾਡੇ ਕੋਲ ਸਮਾਂ ਆਪਦੇ ਕੇਸ ਨੂੰ ਬਣਾਉਣ ਦਾ, ਉਦੋਂ ਕੇਸ ਨੂੰ ਤਰੀਕੇ ਨਾਲ ਪੇਸ਼ ਕਰਨ ਦੇ ਲਈ ਆਪਦਾ ਹਰ ਜ਼ੋਰ ਤੁਸੀਂ ਵੀ ਲਾਓ ਪਹਿਲਾਂ। ਜਦੋਂ ਤੁਸੀਂ ਆਪਦਾ ਪ੍ਰੋਫਾਈਲ ਲੈ ਕੇ ਕਿਸੇ ਆਪਦੇ ਏਜੰਟ ਕੋਲ ਜਾਓਗੇ, ਉਸ ਤੋਂ ਬਾਅਦ ਉਹਦਾ ਕੰਮ ਸ਼ੁਰੂ ਹੋਣਾ ਆ। ਪਰ ਜੇ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਕਿ ਜੇ ਤੁਹਾਡੇ ਪ੍ਰੋਫਾਈਲ ਦੇ ਵਿੱਚ ਅਕੈਡਮਿਕਲੀ ਤੁਹਾਡਾ ਪ੍ਰੋਫਾਈਲ ਵੀਕ ਆ ਨਾ, ਤਾਂ ਕੋਈ ਵੀ ਇਮੀਗ੍ਰੇਸ਼ਨ ਕੰਸਲਟੈਂਟ ਇਸ ਧਰਤੀ ਦੇ ਉੱਤੇ ਨਹੀਂ ਜੰਮਿਆ ਕਿ ਉਹਨੂੰ ਅਕੈਡਮਿਕਲੀ ਉਹ ਇਹ ਪ੍ਰੂਵ ਕਰ ਦੇਵੇ ਕਿ ਇਹ ਬਹੁਤ ਚੰਗਾ ਪ੍ਰੋਫਾਈਲ ਆ। ਕਿਉਂਕਿ ਨੰਬਰ ਤੁਹਾਡੇ ਕੋਰ ਸਬਜੈਕਟਸ ਦੇ ਨੰਬਰ ਆ, ਤੁਹਾਡੇ ਕੋਰ ਸਬਜੈਕਟਸ ਦੀ ਜਿਹੜੀ ਗ੍ਰੇਡਿੰਗ ਆ ਵੀਜ਼ਾ ਆਫੀਸਰ ਨੇ ਸਭ ਤੋਂ ਪਹਿਲਾਂ ਚੈੱਕ ਕਰਨੀ ਆ। ਐਂਡ ਮੈਂ ਹਰ ਸਮਾਂ ਇਸ ਬਿਆਨ ਦੇ ਉੱਤੇ ਖੜਾ ਆ ਅਤੇ ਇਸ ਬਿਆਨ ਦੇ ਉੱਤੇ ਹੀ ਖੜਾ ਰਹੂੰਗਾ। ਇਸ ਕਰਕੇ ਮੈਨੂੰ ਸੋਸ਼ਲ ਮੀਡੀਆ ਟੀਮ ਨੂੰ ਵੀ ਐਂਡ ਖਾਸ ਕਰਕੇ ਮੇਰੇ ਜਿਹੜੇ ਹਾਈ ਇਮੀਗ੍ਰੇਸ਼ਨ ਦੀ ਟੀਮ ਆ ਮੇਰੀ, ਚਾਹੇ ਮੇਰੇ ਕੰਪਨੀ ਦੇ GM ਨੇ, ਚਾਹੇ ਉਹਨਾਂ ਦੇ ਨਾਲ ਕੰਮ ਕਰਨ ਵਾਲੀ ਉਹਨਾਂ ਦੀ ਕੋਰ ਟੀਮ ਆ, ਉਹਨਾਂ ਨੂੰ ਮੇਰੀ ਇਹ ਬੇਨਤੀ ਹੁੰਦੀ ਆ ਕਿ ਤੁਸੀਂ ਕਦੇ ਵੀ ਇਸ ਚੀਜ਼ ਨੂੰ ਮੈਨਸ਼ਨ ਨਹੀਂ ਕਰਨਾ ਕਿ ਜਿਹਦਾ ਵੀਜ਼ਾ ਆਇਆ ਇਹਦੇ ਅੱਖੇ ਤੋਂ 5.5 ਸੀ ਜੀ, ਆ ਜਿਹਦਾ ਵੀਜ਼ਾ ਆਇਆ ਇਹਦੇ ਤਾਂ ਜੀ 55% ਨੰਬਰ ਸੀ। ਇਹਦੇ ਨਾਲ ਇੱਕ ਮੈਸੇਜ ਬੜਾ ਹੀ ਯੰਗਸਟਰ ਦੇ ਵਿੱਚ ਜਿਹੜਾ ਮੈਸੇਜ ਆ ਨਾ ਉਹ ਇਨਡਾਇਰੈਕਟਲੀ ਬੜਾ ਭੈੜਾ ਜਾਂਦਾ ਕਿ ਪੜ੍ਹਨ ਦੀ ਕੋਈ ਬਹੁਤੀ ਜ਼ਰੂਰਤ ਨਹੀਂ ਹੈ, ਬਿਨਾਂ ਪੜ੍ਹੇ ਵੀ ਵੀਜ਼ੇ ਆ ਜਾਂਦੇ ਨੇ। ਪਰ ਇਹ ਗੱਲ ਸੱਚ ਨਹੀਂ ਆ ਦੋਸਤੋ। ਦੇਖੋ ਇੱਕ 55% ਵਾਲਾ ਅਤੇ ਇੱਕ ਦੋ ਚੋਂ 5.5 ਵਾਲਾ ਜਾਂ 1.5 ਵਾਲਾ ਕੇਸ ਦਸਾਂ ਦੇ ਵਿੱਚੋਂ ਇੱਕ ਕਲੀਅਰ ਕਰਵਾ ਕੇ ਉਹਦੀ ਐਡਵਰਟੀਜ਼ਮੈਂਟ ਕਰਨੀ ਬਹੁਤ ਸੌਖੀ ਆ। 9 ਜਿਹਦੇ ਰਿਫਿਊਜ਼ ਹੋਏ ਨੇ ਉਹ ਕਦੇ ਨਹੀਂ ਦੱਸਦਾ, ਮੇਰੇ ਖੁਦ ਦੇ ਰਿਫਿਊਜ਼ ਹੋ ਕੇ ਆਏ ਨੇ। ਮੈਂ ਉਸ ਤੋਂ ਬਾਅਦ ਤੁਹਾਨੂੰ ਕਹਿਣਾ ਸ਼ੁਰੂ ਕੀਤਾ ਵੀ ਭਾਈ ਵੀਜ਼ੇ ਰਿਫਿਊਜ਼ ਹੋ ਰਹੇ ਨੇ 1.5 ਦੇ, ਮੇਰੇ ਤੁਹਾਡਾ ਰਿਫਿਊਜ਼ ਲਾਈਆਂ ਸੀ ਮੈਂ। ਹਾਲਾਂਕਿ ਮੇਰੀ ਬੇਨਤੀ ਹੁੰਦੀ ਆ ਕਿ ਵੀ ਭਾਈ ਪੂਰੇ ਕਰਕੇ ਲਾਓ, ਪਰ ਫਿਰ ਵੀ ਤੁਹਾਨੂੰ ਪਤਾ ਸਟੂਡੈਂਟਸ ਨਹੀਂ ਕਈ ਵਾਰੀ ਮੰਨਦੇ। ਐਂਡ ਤੀਸਰੀ ਜਿਹੜੀ ਇੰਪੋਰਟੈਂਟ ਚੀਜ਼ ਸੀ, ਜਿਹੜਾ ਸਭ ਤੋਂ ਵੱਧ ਇਸ ਵਕਤ ਹੌਟ ਟੌਪਿਕ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੇਖਣ ਨੂੰ ਮਿਲਦਾ, ਉਹ SX1 ਵੀਜ਼ਾ। SX1 ਵੀਜ਼ਾ ਦੋਸਤੋ, SX1 ਵੀਜ਼ਾ ਦੀ ਜੇ ਮੈਂ ਗੱਲ ਕਰਾਂ ਨਾ ਤੁਹਾਡੇ ਨਾਲ, ਤਾਂ SX1 ਵੀਜ਼ਾ ਬਾਰੇ ਜਿਹੜੀ ਇਸ ਵਕਤ ਮੈਂ ਐਂਬਲਮ ਸੁਣ ਰਿਹਾ ਜਾਂ ਉਹਦੀ ਇੱਕ ਜਿਹੜੀ ਉਹਦੇ ਬਾਰੇ ਐਡਵਰਟੀਜ਼ਮੈਂਟ ਜਾਂ ਉਹਦੇ ਬਾਰੇ ਜਿਹੜੀ ਇਸ ਵਕਤ ਧਾਰਨਾ ਬਣਾ ਕੇ ਪੇਸ਼ ਕੀਤੀ ਜਾ ਰਹੀ ਹੈ ਵੀ ਕੋਈ ਵੀ ਐਂਟਰ ਹੋ ਜਾਏਗੀ SX1 ਵੀਜ਼ਾ ਦੇ ਉੱਤੇ, ਇਹ ਇੱਕ ਨਵਾਂ ਅਸੀਂ ਲੂਪ ਹੋਲ ਲੱਭ ਲਿਆ। ਕਦੇ ਵੀ ਹਾਈ ਕਮਿਸ਼ਨ ਦੇ ਵਿੱਚ ਲੂਪ ਹੋਲ ਹੁੰਦੇ ਨੇ, ਚਲੋ ਹਰ ਸਿਸਟਮ ਦੇ ਵਿੱਚ ਹੁੰਦੇ ਨੇ, ਪਰ ਜੇ ਤੁਸੀਂ SX1 ਇੱਕ ਕੈਟਾਗਰੀ ਨੂੰ ਹੀ ਕੈਨੇਡੀਅਨ ਗੌਰਮੈਂਟ ਦੇ CIC ਸਿਸਟਮ ਦਾ ਲੂਪ ਹੋਲ ਕਹਿ ਦਿਓਗੇ ਤਾਂ ਇਹ ਬੜੀ ਵੱਡੀ ਗਲਤ ਗੱਲ ਆ। SX1 ਵੀਜ਼ਾ 2017 ਦੇ ਵਿੱਚ ਮੈਂ ਪਹਿਲਾਂ ਆਪਦਾ SX1 ਵੀਜ਼ਾ ਆਪਦੇ ਕੈਂਡੀਡੇਟ ਦਾ ਲਵਾਇਆ ਸੀ। ਉਹ ਕੈਂਡੀਡੇਟ MBBS ਡਾਕਟਰ ਸੀ ਜੀ, DMC ਦੇ ਵਿੱਚੋਂ ਪਾਸ ਆਊਟ ਸੀ। ਉਸ ਤੋਂ ਬਾਅਦ ਉਹਨੇ 6 ਮਹੀਨੇ ਦੀ ਇੰਟਰਨਸ਼ਿਪ ਦੇ ਲਈ ਕੈਨੇਡਾ, ਉਹਦਾ ਕੋਈ ਰੈਲੇਟਿਵ ਸੀ, ਉਹਦੇ ਥਰੂ ਉਹਨੇ ਉੱਥੇ ਜਾਣਾ ਸੀ। ਹੁਣ ਇਹ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ, SX1 ਵੀਜ਼ਾ ਜਿਹੜੀ ਵਿਜ਼ਿਟਰ ਵੀਜ਼ਾ ਦੀ ਹੀ ਇੱਕ ਕੈਟਾਗਰੀ ਆ, ਲੱਗ ਕੇ ਵਿਜ਼ਿਟਰ ਵੀਜ਼ਾ ਹੋਣਾ ਲਿਖਿਆ ਹੋਊਗਾ SX1 ਵੀਜ਼ਾ। SX1 ਵੀਜ਼ਾ ਹੁੰਦਾ ਕੀ ਆ, ਕਿਹੜੀ ਵਿਜ਼ਿਟਰ ਦੀ ਕੈਟਾਗਰੀ ਆ ਜਿਹਨੂੰ SX1 ਲਾ ਕੇ ਭੇਜਦੇ ਨੇ, ਉਹ ਕਹਿੰਦੇ ਨੇ ਤੁਹਾਡੇ ਪਰਪਸ ਆਫ ਵਿਜ਼ਿਟ ਦੇ ਵਿੱਚ ਜੇ ਤੁਸੀਂ ਕੋਈ ਸ਼ੋਰਟ ਟਰਮ ਕੋਰਸ ਕਰਨ ਚੱਲੇ ਹੋ, ਤੁਸੀਂ ਕੋਈ ਟ੍ਰੇਨਿੰਗ ਕਰਨ ਚੱਲੇ ਹੋ, ਤੁਸੀਂ ਕੋਈ ਲੈਂਗੁਏਜ ਪ੍ਰੋਫੀਸ਼ੀਐਂਸੀ ਦਾ ਟੈਸਟ ਕਰਨ ਕੋਰਸ ਕਰਨ ਚੱਲੇ ਹੋ, ਯਾਨੀ ਕਿ ਜੇ ਤੁਹਾਡਾ ਕੋਰਸ 6 ਮਹੀਨੇ ਜਾਂ ਉਸ ਤੋਂ ਘੱਟ ਡੋਰੇਸ਼ਨ ਦਾ ਆ, ਤਾਂ ਅਸੀਂ ਤੁਹਾਨੂੰ ਪਰਪਸ ਆਫ ਵਿਜ਼ਿਟ ਦੇ ਹਿਸਾਬ ਦੇ ਨਾਲ SX1 ਵੀਜ਼ਾ, ਵਿਜ਼ਿਟਰ ਵੀਜ਼ਾ ਦੇ ਕੇ ਭੇਜਾਂਗੇ। ਉਹਦੀ ਕੈਟਾਗਰੀ ਹੋਊਗੀ SX1 ਵੀਜ਼ਾ। ਇਹ ਆ SX1 ਵੀਜ਼ਾ, ਵਿਜ਼ਿਟਰ ਵੀਜ਼ਾ ਲੱਗ ਕੇ ਆਊਗਾ। ਪਰ ਮੈਂ ਇਸ ਚੀਜ਼ ਨੂੰ ਇਹ ਨਹੀਂ ਪ੍ਰਮੋਟ ਕਰ ਸਕਦਾ ਵੀ ਭਾਈ ਤੂੰ ਜੋ ਵੀ ਆ ਆ ਜਾ, ਮੈਂ ਤੈਨੂੰ SX1 ਦੇ ਸਹਾਰੇ ਕੈਨੇਡਾ ਐਂਟਰ ਕਰਾ ਦੂੰਗਾ, ਇਹ ਐਸੀ ਕੋਈ ਗੱਲ ਨਹੀਂ ਹੈ। ਮੈਂ ਹੁਣ ਤੱਕ 2-3 ਵੀਜ਼ਾਜ਼ SX1 ਲਵਾਏ ਨੇ, ਹੁਣ ਵੀ ਮੇਰੇ ਅੰਡਰ ਹਾਈ ਕਮਿਸ਼ਨ ਕੁਝ ਕੇਸ ਚੱਲ ਰਹੇ ਨੇ, ਉਹ ਵੀ DMC ਦੇ ਡਾਕਟਰ ਨੇ। ਉਹਨਾਂ ਦੀ ਕਾਨਫਰੰਸ 'ਤੇ ਉਹਨਾਂ ਨੇ ਜਾਣਾ ਆ, ਕਾਨਫਰੰਸ ਉਹਨਾਂ ਦੀ 15 ਦਿਨਾਂ ਦੀ ਕਾਨਫਰੰਸ ਆ, ਉਹ ਕਾਨਫਰੰਸ ਅਟੈਂਡ ਕਰਨ ਲਈ ਉਹਨਾਂ ਨੇ ਆਪਦਾ ਕੇਸ ਅਪਲਾਈ ਕੀਤਾ, ਵਿਜ਼ਿਟਰ ਵੀਜ਼ਾ ਅਪਲਾਈ ਹੋਇਆ। ਪਰ SX1 ਕੈਟਾਗਰੀ ਅੰਡਰ ਉਹ ਵੀਜ਼ਾ ਆਊਗਾ, ਕਿਉਂਕਿ ਉਹਨਾਂ ਦੀ ਜਿਹੜੀ ਕਾਨਫਰੰਸ ਉਹ ਪੜ੍ਹਾਈ ਨਾਲ ਸੰਬੰਧਿਤ ਆ, ਐਂਡ ਉਹ ਸ਼ੋਰਟ ਟਰਮ ਕੋਰਸ ਕਹਿ ਲਓ ਉਹਨੂੰ, ਕਾਨਫਰੰਸ ਕਹਿ ਲਓ ਉਹਨੂੰ, ਤੁਸੀਂ ਟ੍ਰੇਨਿੰਗ ਸੈਸ਼ਨ ਕਹਿ ਲਓ। ਸੋ ਇਹ ਆ SX1 ਦੀ ਸੱਚਾਈ। ਹੁਣ ਲਾਸਟ 'ਤੇ ਮੈਂ ਗੱਲ ਕਰਨ ਲੱਗਿਆ ਦੋਸਤੋ, ਓਪਨ ਵਰਕ ਪਰਮਿਟ ਨਾਲ ਸੰਬੰਧਿਤ। ਓਪਨ ਵਰਕ ਪਰਮਿਟ ਦੀਆਂ ਇਸ ਵਕਤ ਜਿਹੜੇ ਇਹ ਕਾਗਜ਼ਾਂ 'ਤੇ ਤੁਸੀਂ ਬੰਡਲ ਦੇਖ ਰਹੇ ਹੋ ਨਾ, ਇਹ ਸਾਰੇ ਓਪਨ ਵਰਕ ਪਰਮਿਟ ਨਾਲ ਸੰਬੰਧਿਤ ਆ। ਇਹਨੂੰ ਛੱਡ ਕੇ ਕੱਲ੍ਹ ਸਟੂਡੈਂਟ ਵੀਜ਼ਾ ਨੇ ਜਿਹੜੇ ਪਿਛਲੇ ਹਫ਼ਤੇ ਆਏ ਨੇ, 14 ਸਟੂਡੈਂਟ ਵੀਜ਼ਾ ਇੱਕ ਹਫ਼ਤੇ ਦੇ ਵਿੱਚ ਸਟੈਂਪ ਹੋ ਕੇ ਆਏ ਨੇ, ਜਿਹਦੀ ਸਪੀਡ ਮੈਂ ਇਹ ਕਹੂੰਗਾ ਕਿ ਬਹੁਤ ਸਲੋ ਆ। ਕਿਉਂ ਸਲੋ ਆ ਮੈਂ ਕੰਪੈਰੇਟਿਵਲੀ ਤੁਹਾਨੂੰ ਦੱਸਣਾ ਆ, ਓਪਨ ਵਰਕ ਪਰਮਿਟ ਦੇ ਕੰਪੈਰੇਟਿਵਲੀ।
ਇਹ 14 ਵਿਜ਼ਟਰ ਵੀਜ਼ਾ ਐਕਟ ਸੌਰੀ ਸਟੂਡੈਂਟ ਵੀਜ਼ਾ ਐਕਟ ਹਫ਼ਤੇ ਦੇ ਵਿੱਚ ਇਹ ਸਟੈਂਪ ਹੋ ਕੇ ਆਏ ਨੇ ਇਹਨਾਂ ਦਾ ਮੂਹਰੇ ਲਿਖਿਆ ਹੋਇਆ ਆ ਕਿ ਫਾਈਲ ਲੌਜ ਕੀਤੀ ਸੀ ਕਿਸੇ ਦੀ 2 ਫਰਵਰੀ 14 ਫਰਵਰੀ ਨੂੰ ਹੋਈ ਆ 16 ਫਰਵਰੀ ਨੂੰ 17 ਫਰਵਰੀ ਨੂੰ 21 ਫਰਵਰੀ ਨੂੰ ਫਿਰ ਆਹ 2 ਨੇ ਮਾਰਚ ਵਾਲੇ ਇਹ ਉਹ ਵੀਜ਼ਾਜ਼ ਨੇ ਜਿਹੜੇ ਸਟੈਂਪ ਹੋ ਕੇ ਆਏ ਸੌਰੀ ਜਿਨ੍ਹਾਂ ਦੀ ਪਾਸਪੋਰਟ ਰਿਕੁਐਸਟ ਆਈਆਂ ਨੇ ਵੀਜ਼ਾ ਕਲੀਅਰ ਹੋ ਚੁੱਕੇ ਨੇ ਪਾਸਪੋਰਟ ਹਾਈ ਕਮਿਸ਼ਨ ਅਸੀਂ ਭੇਜਣਾ ਕਿ ਇਹਨਾਂ ਦੇ ਵੀਜ਼ੇ ਸਟੈਂਪ ਕਰ ਦਿਓ ਪਾਸਪੋਰਟ ਉੱਤੇ ਹੁਣ ਮੈਂ ਕਿਉਂ ਕਹਿ ਰਿਹਾ ਸੀ ਸਟੂਡੈਂਟ ਵੀਜ਼ਾ ਸਲੋ ਨੇ ਹੁਣ ਆਪਾਂ ਗੱਲ ਕਰ ਰਹੇ ਹਾਂ ਜੀ ਓਪਨ ਵਰਕ ਪਰਮਿਟ ਦੀ ਓਪਨ ਵਰਕ ਪਰਮਿਟ ਦੇ ਆ ਜਿੰਨੇ ਮੇਰੇ ਹੱਥ ਦੇ ਵਿੱਚ ਕੇਸ ਨੇ ਜਿਨ੍ਹਾਂ ਵਿੱਚ 45 PPRs ਨੇ ਯਾਨੀ ਕਿ ਪਾਸਪੋਰਟ ਰਿਕੁਐਸਟਾਂ ਹਾਈ ਕਮਿਸ਼ਨ ਨੇ ਡਿਮਾਂਡ ਕੀਤੀਆਂ ਨੇ ਤੇ 53 ਮੈਡੀਕਲ ਨੇ ਇਹ ਇੱਕ ਵੀਕ ਦਾ ਰਿਜ਼ਲਟ ਆ ਓਪਨ ਵਰਕ ਪਰਮਿਟ ਦਾ ਤਕਰੀਬਨ 90 ਤੋਂ ਉੱਤੇ 100 ਹੀ ਲਾ ਲਓ ਤੁਸੀਂ 95 ਦਾ ਰਿਜ਼ਲਟ ਇਹ ਇੱਕ ਹਫ਼ਤੇ ਦੇ ਨੇ ਜਿਹੜੇ ਵੀਜ਼ਾ ਆਫੀਸਰ ਨੇ ਦਿੱਤੇ ਨੇ ਤੇ ਸਟਿਲ ਕਾਊਂਟਿੰਗ ਨੇ ਇਹ ਮੇਰੇ ਕੋਲ ਪਰਸੋਂ ਦੇ ਨੇ ਕੱਲ੍ਹ 20-10 ਤੋਂ ਉੱਪਰ ਰਿਜ਼ਲਟ ਆਏ ਨੇ ਸੋ ਜਿਹੜੀ ਇੱਕ ਦਿਨ ਦੀ ਰਿਜ਼ਲਟਸ ਦੀ ਸਪੀਡ ਆ ਉਹ 5 ਤੋਂ 7 5 ਤੋਂ 10 ਆ ਚਾਹੇ ਉਹਨਾਂ ਵਿੱਚ ਰਿਫਿਊਜ਼ਲ ਆਉਣ ਚਾਹੇ ਉਹਨਾਂ ਵਿੱਚ ਮੈਡੀਕਲ ਆਉਣ ਚਾਹੇ ਉਹਨਾਂ ਵਿੱਚ PPR ਸਾਰੀਆਂ ਕਾਊਂਟ ਕਰਕੇ ਮੈਂ ਅੱਗੇ ਦੱਸਣ ਦੀ ਗੱਲ ਕਰ ਰਿਹਾ ਸੋ ਓਪਨ ਵਰਕ ਪਰਮਿਟ ਦੀ ਜਿਹੜੀ ਸਪੀਡ ਆ ਉਹ ਬਹੁਤ ਜ਼ਿਆਦਾ ਉਹਨਾਂ ਨੇ ਫਾਸਟ ਕਰਤੀ ਆ ਉਹਦਾ ਕਾਰਨ ਇਹ ਸੀ ਕਿ ਬੜੇ ਲੰਮੇ ਸਮੇਂ ਤੋਂ ਓਪਨ ਵਰਕ ਪਰਮਿਟ ਦੇ ਕੇਸ ਬਲੌਕ ਪਏ ਸੀ ਐਂਡ ਜਿਹੜੇ ਮੈਂ ਰੀਸੈਂਟ ਰਿਜ਼ਲਟਸ ਦੀ ਮੈਂ ਗੱਲ ਕਰਾਂ ਤੁਹਾਡੇ ਨਾਲ ਤਾਂ ਜਿਹੜਾ ਸਭ ਤੋਂ ਰੀਸੈਂਟ ਫਾਈਲ ਜਿਹੜੀ ਲੌਜ ਹੋਈ ਸੀ ਅਤੇ ਉਹਦਾ ਰਿਜ਼ਲਟ ਆਇਆ ਉਹ ਆ ਫਰਵਰੀ 4 ਨੂੰ ਮੈਂ ਫਾਈਲ ਲੌਜ ਕੀਤੀ ਸੀ ਦੋਸਤੋ ਐਂਡ ਉਹਦਾ ਮੈਡੀਕਲ ਸਾਡੇ ਤੋਂ ਹਾਈ ਕਮਿਸ਼ਨ ਨੇ ਡਿਮਾਂਡ ਕਰ ਲਿਆ ਹੁਣ ਨਾਲ ਹੀ ਮੈਂ ਇੱਕ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਇਹ ਨਾ ਹੋਵੇ ਵੀ ਹੁਣ ਦਸੰਬਰ 2022 ਵਾਲੇ ਜਾਂ 2020 ਵਾਲੇ ਜਿਹੜੇ ਕੇਸ ਸਾਡੇ ਹੋਏ ਉਹ ਇਹ ਕਹਿਣ ਜੀ ਤੁਸੀਂ ਤਾਂ ਫਰਵਰੀ ਦੇ ਵੀ ਰਿਜ਼ਲਟ ਅਨਾਊਂਸ ਕਰ ਰਹੇ ਹੋ ਅਤੇ ਸਾਡੇ ਤਾਂ ਹਜੇ ਤੱਕ ਨਹੀਂ ਆਏ ਦੋਸਤੋ ਹਾਈ ਕਮਿਸ਼ਨ ਦਾ ਸੀਕੁਐਂਸ ਕੀ ਆ ਕੇਸ ਚੱਕਣ ਦਾ ਇਹਦੇ ਬਾਰੇ ਮੈਂ ਨਹੀਂ ਦੱਸ ਸਕਦਾ ਸਪੀਡ ਬਹੁਤ ਆ ਕੋਈ ਕੇਸ ਉਹਨਾਂ ਨੇ ਫਰਵਰੀ ਦਾ ਵੀ ਚੱਕਿਆ ਹੋਇਆ ਪਰ ਮੈਕਸੀਮਮ ਜਿਹੜੇ ਕੇਸਿਸ ਦੇ ਰਿਜ਼ਲਟ ਆ ਰਹੇ ਨੇ ਉਹ 2021 ਦੇ ਆ ਰਹੇ ਨੇ ਅਤੇ 2020 ਦੇ ਆ ਰਹੇ ਨੇ 2020 ਦੀ ਇਨਵੈਂਟਰੀ ਮੇਰੇ ਹਿਸਾਬ ਦੇ ਨਾਲ ਆਲਮੋਸਟ ਖਤਮ ਆ ਕੁਝ ਇੱਕਾ ਦੁੱਕਾ ਕੇਸ ਰਹਿੰਦੇ ਨੇ ਜਿਨ੍ਹਾਂ ਵਿੱਚ ਕੁਝ PSL ਵਾਲੇ ਕੇਸ ਸੀ ਜਿਨ੍ਹਾਂ ਨੂੰ ਜਿਹੜੀ ਉਹ ਬੈਨ ਲੈਟਰ ਜਿਹਨੂੰ ਤੁਸੀਂ ਸਮਝ ਲਓ PSL ਜਿਹੜੀ ਇੱਕ ਲੈਟਰ ਉਹਨਾਂ ਨੇ ਇਸ਼ੂ ਕੀਤੀ ਆ ਹਾਈ ਕਮਿਸ਼ਨ ਨੇ ਕਿ ਤੁਸੀਂ ਸਾਨੂੰ ਅਸੀਂ ਤੁਹਾਡੇ ਕਿਸੇ ਡਾਕੂਮੈਂਟ ਇਤਰਾਜ਼ਯੋਗ ਡਾਕੂਮੈਂਟ ਆ ਜਾਂ ਤੁਹਾਡਾ ਕੋਈ ਡੁਪਲੀਕੇਟ ਡਾਕੂਮੈਂਟ ਆ ਜਾਂ ਤੁਸੀਂ ਤੁਹਾਡੇ ਵਿਆਹ ਤੋਂ ਸੈਟਿਸਫਾਈਡ ਨਹੀਂ ਹੈਗੇ ਜਦ ਉਹ ਵੀਜ਼ਾ ਆਫੀਸਰ ਨੇ ਕਿਹਾ ਕਿ ਉਹਦੀ ਕਲੈਰੀਫਿਕੇਸ਼ਨ ਭੇਜੋ 30 ਦਿਨਾਂ ਦੇ ਵਿੱਚ ਨਹੀਂ ਅਸੀਂ ਤੁਹਾਨੂੰ ਬੈਨ ਕਰ ਦੇਵਾਂਗੇ ਉਹ ਵਾਲੇ ਕੁਝ ਕੇਸ ਅੜੇ ਹੋਏ ਨੇ ਮੇਰੇ ਦੁਆਰਾ ਕਈ PSLs ਦੇ ਜਵਾਬ ਹਾਈ ਕਮਿਸ਼ਨ ਨੂੰ ਭੇਜੇ ਹੋਏ ਨੇ ਉਹ 2022 ਦੇ ਹਲੇ ਰੁਕੇ ਹੋਏ ਨੇ ਤੇ ਜਿਨ੍ਹਾਂ ਦੇ PSL ਦੇ ਰਿਜ਼ਲਟ ਰੁਕੇ ਹੋਏ ਨੇ ਉਹ ਅਰਦਾਸ ਕਰੋ ਕਿ ਰੁਕੇ ਰਹਿਣ ਕੋਈ ਪ੍ਰੋਬਲਮ ਨਹੀਂ ਭਾਵੇਂ ਮਹੀਨਾ 2 ਮਹੀਨੇ 4 ਮਹੀਨੇ ਹੋਰ ਰਿਜ਼ਲਟ ਦੇਣ ਦੇਣ ਪੋਜ਼ਿਟਿਵ ਕਿਉਂਕਿ PSL ਦੇ ਜਵਾਬ ਤੋਂ ਬਾਅਦ ਹਾਈ ਕਮਿਸ਼ਨ ਰਿਫਿਊਜ਼ ਨਹੀਂ ਕਰ ਸਕਦਾ ਜਾਂ ਉਹ 5 ਸਾਲ ਦਾ ਬੈਨ ਲਾਊਗਾ ਜਾਂ ਉਹ ਵੀਜ਼ਾ ਦਊਗਾ ਦੋ ਹੀ ਤਰੀਕੇ ਹੁੰਦੇ ਨੇ ਹਾਈ ਕਮਿਸ਼ਨ ਕੋਲ ਐਂਡ ਜਿਹੜੇ ਇਸ ਵਕਤ ਮੈਕਸੀਮਮ ਜਿਹੜੀ ਸਪੀਡ ਆ ਓਪਨ ਵਰਕ ਪਰਮਿਟ ਦੀ ਉਹ ਕੇਸ ਨੇ ਫਰਵਰੀ 2021 ਤੋਂ ਲੈ ਕੇ ਦਸੰਬਰ 2021 ਉਹਦੇ ਵਿੱਚ ਮੈਕਸੀਮਮ ਰਿਜ਼ਲਟਸ ਆ ਰਹੇ ਨੇ ਸੋ ਉਹ ਕਈ ਫਰਵਰੀ ਵਾਲੇ ਵੀ ਹਜੇ ਪੈਂਡਿੰਗ ਪਏ ਨੇ ਕਈ ਦਸੰਬਰ ਵਾਲੇ ਵੀ ਨਿਕਲ ਕੇ ਆ ਗਏ ਨੇ ਜਿਵੇਂ ਫਰਵਰੀ ਵਾਲਾ ਵੀ ਇੱਕ 2022 ਵਾਲਾ ਨਿਕਲ ਕੇ ਆ ਗਿਆ ਸੋ ਇਸ ਚੀਜ਼ ਨੂੰ ਲੈ ਕੇ ਨਰਵਸ ਨਹੀਂ ਹੋਣਾ ਪੈਨਿਕ ਨਹੀਂ ਹੋਣਾ ਕਿ ਫਰਵਰੀ 2022 ਦੇ ਵੀ ਰਿਜ਼ਲਟ ਆ ਗਏ ਸਾਡੇ ਹਲੇ ਪੈਂਡਿੰਗ ਪਏ ਨੇ ਉਹ ਹਾਈ ਕਮਿਸ਼ਨ ਦਾ ਆਪਦਾ ਤਰੀਕਾ ਉਹ ਕਿਵੇਂ ਉਹਨਾਂ ਨੇ ਕੇਸਿਸ ਕਿਵੇਂ ਉਹਨਾਂ ਨੇ ਇਨਵੈਂਟਰੀ ਡਿਵਾਈਡ ਕੀਤੀ ਆ ਆਫੀਸਰਸ ਦੇ ਵਿੱਚ ਕਿਸ ਤਰੀਕੇ ਨਾਲ ਉਹ ਰਿਜ਼ਲਟ ਦੇ ਰਹੇ ਨੇ ਕਿਹੜੇ ਆਫੀਸਰ ਕੋਲ ਘੱਟ ਕੇਸ ਨੇ ਕਿਹੜੇ ਆਫੀਸਰ ਕੋਲ ਵੱਧ ਕੇਸ ਨੇ ਇੰਟਰਨਲ ਸਿਸਟਮ ਹਾਈ ਕਮਿਸ਼ਨ ਦਾ ਇਹ ਕਿਸੇ ਇਮੀਗ੍ਰੇਸ਼ਨ ਕੰਸਲਟੈਂਟ ਨੂੰ ਨਹੀਂ ਪਤਾ ਉਹਦੇ ਬਾਰੇ ਐਂਡ ਉਹ ਨਹੀਂ ਬਿਆਨ ਕਰ ਸਕਦਾ ਸਭ ਦੀਆਂ ਕਿਆਸ ਰਾਈਆਂ ਹੁੰਦੀਆਂ ਨੇ ਹਾਈ ਕਮਿਸ਼ਨ ਦੇ ਸਿਸਟਮ ਨੂੰ ਸਮਝ ਕੇ ਦੱਸਣ ਦੇ ਸੋ ਇਹ ਜਿਹੜਾ ਸਾਰਾ ਵਰਤਾਰਾ ਇਸ ਵਕਤ ਚੱਲ ਰਿਹਾ ਆ ਹਾਈ ਕਮਿਸ਼ਨ ਦਾ ਉਹ ਤੁਹਾਡੇ ਮੂਹਰੇ ਮੈਂ ਰੂਬਰੂ ਹੋਇਆ ਤੁਹਾਡੇ ਰੂਪ ਤੁਹਾਨੂੰ ਦੱਸਤਾ ਐਂਡ ਓਪਨ ਵਰਕ ਪਰਮਿਟ ਐਂਡ ਸਟੂਡੈਂਟ ਵੀਜ਼ਾ ਵਾਲੇ ਜਿਹੜੇ ਜਿਹੜੇ ਵੀ ਕੈਂਡੀਡੇਟਸ ਆਪਦਾ ਕੇਸ ਲਵਾਉਣਾ ਚਾਹੁੰਦੇ ਨੇ ਖਾਸ ਕਰਕੇ ਵਿਜ਼ਿਟਰ ਵੀਜ਼ਾ ਵਾਲੇ ਤੁਸੀਂ ਆਫਿਸ ਵਿਜ਼ਿਟ ਕਰੋ ਸਾਡੇ ਕੰਸਲਟੈਂਟ ਨੂੰ ਮਿਲੋ ਸਾਡੇ ਕਾਊਂਸਲਰ ਨੂੰ ਮਿਲ ਕੇ ਉਹ ਤੋਂ ਪ੍ਰੋਪਰ ਆਪਦੇ ਕੇਸ ਦੀ ਜਾਣਕਾਰੀ ਲਓ ਵਿਜ਼ਿਟਰ ਵੀਜ਼ਾ ਵਾਲੇ ਚੈੱਕਲਿਸਟ ਸਮਝੋ ਚੈੱਕਲਿਸਟ ਦੇ ਹਿਸਾਬ ਦੇ ਨਾਲ ਪੇਪਰ ਇਕੱਠੇ ਕਰੋ ਜੇ ਤੁਹਾਨੂੰ ਕਾਊਂਸਲਰ ਇਹ ਕਹਿੰਦਾ ਕਿ 2-4 ਮਹੀਨੇ ਰੁਕ ਕੇ ਆਪਦੇ ਫੰਡਸ ਨੂੰ ਤਰੀਕੇ ਨਾਲ ਬਣਾ ਲਓ ਤੁਹਾਡੇ ਫੰਡਸ ਦੇ ਵਿੱਚ ਪ੍ਰੋਬਲਮ ਆ ਤਾਂ ਜਲਦਬਾਜ਼ੀ ਨਾ ਕਰਿਓ ਰੁਕ ਕੇ ਬਣਾਓ ਇੰਪੋਰਟੈਂਟ ਚੀਜ਼ ਵੀਜ਼ਾ ਲੱਗਣਾ ਹੁੰਦਾ ਇੰਪੋਰਟੈਂਟ ਚੀਜ਼ ਇਹ ਨਹੀਂ ਕਿ 15 ਦਿਨਾਂ 'ਚ ਵੀਜ਼ਾ ਲੱਗੇ ਇੰਪੋਰਟੈਂਟ ਇਹ ਹੁੰਦਾ ਕਿ ਵੀਜ਼ਾ ਲੱਗ ਜਾਵੇ ਚਾਹੇ 2 ਮਹੀਨੇ ਰੁਕ ਕੇ ਲੱਗ ਜਾਵੇ ਸਿਸਟਮੈਟਿਕਲੀ ਆਪਾਂ ਚੱਲਾਂਗੇ ਤਰੀਕੇ ਨਾਲ ਆਪਾਂ ਕੇਸ ਨੂੰ ਪੇਸ਼ ਕਰਾਂਗੇ ਹਾਈ ਕਮਿਸ਼ਨ ਦੇ ਅੱਗੇ ਤਾਂ ਜੋ ਰਿਜ਼ਲਟ ਆ ਜਿਹੜੇ ਉਹ ਭਾਵੇਂ ਦੇਰੀ ਨਾਲ ਆਉਣ ਪਰ ਚੰਗੇ ਆਉਣ ਸੋ ਦੋਸਤੋ ਇੰਨਾ ਕਹਿੰਦਾ ਖਿਮਤ ਅਜਾ ਚੱਕਾਂ ਜੀ ਧੰਨਵਾਦ।